ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ? ਬਹੁਤ ਅੱਛੇ। ਕੈਂਟ ਯੋਗੇਸ਼। ਅਤੇ ਭਾਅ ਜੀ, ਹਸਾ ਹਸਾ ਕੇ ਮਾਰਨ ਦੀ ਤਿਆਰੀ ਹੈ ਲੋਕਾਂ ਨੂੰ? ਬਿਲਕੁਲ, 31 ਅਗਸਤ ਨੂੰ ਮਰ ਗਏ ਲੋਕੋ ਮੂਵੀ ਆ ਰਹੀ ਹੈ, ਜਿਹਦੇ ਵਿੱਚ ਮਤਲਬ ਅਨਲਿਮਿਟਡ ਇੰਟਰਟੇਨਮੈਂਟ ਹੈ ਅਤੇ ਬਹੁਤੇ ਹਾਸੇ ਪੈਣੇ ਆ। ਸਿਚੁਏਸ਼ਨਲ ਕਮੇਡੀ ਹੈ, ਪੰਛੀਆਂ ਕਮੇਡੀ ਹੈ, ਮਤਲਬ ਵੀ ਲੋਕ ਹੱਸਦੇ ਹੱਸਦੇ ਕਹਿਣਗੇ ਮਰ ਗਏ ਲੋਕੋ। ਵੈਸਾ ਤੁਹਾਡੀ ਆਲਮੋਸਟ ਹਰ ਇੱਕ ਫਿਲਮ ਨੂੰ ਕਿਹਾ ਜਾਂਦਾ ਕਿ ਯਾਰ ਹਸਾ ਹਸਾ ਕੇ ਤਾਂ ਮਾਰ ਹੀ ਦਿੱਤਾ, ਵੱਖੀਆਂ ਦਿਖਾਤੀਆਂ, ਹੈ ਨਾ? ਅਤੇ ਇਸ ਫਿਲਮ 'ਚ ਖਾਸ ਕੀ ਹੈ? ਇਸ ਫਿਲਮ 'ਚ ਖਾਸ ਇਹਦਾ ਸਬਜੈਕਟ ਹੈ। ਇੱਕ ਤਾਂ ਹੁੰਦੀ ਹੈ ਜਿੱਦਾਂ ਇੱਕ ਇੱਕ ਟਾਰਗੇਟ ਹੁੰਦਾ ਕਿ ਸਿਰਫ ਹਸਾਉਣਾ ਕੋਮੇਡੀ ਮੂਵੀ, ਹੈ ਨਾ। ਇਹਦੇ ਵਿੱਚ ਇਹ ਆ ਵੀ ਇਹਦਾ ਸਬਜੈਕਟ ਬਹੁਤ ਯੂਨੀਕ ਆ। ਸਬਜੈਕਟ ਹੈਗਾ ਸਿਚੁਏਸ਼ਨਲ ਕਮੇਡੀ ਹੈ, ਕਿ ਇਹ ਨਹੀਂ ਹੈਗਾ ਵੀ ਉਹ ਪੰਚੇ ਤੁਸੀਂ ਟ੍ਰੇਲਰ 'ਚ ਵੀ ਦੇਖਿਆ ਹੋਣਾ, ਸਟੋਰੀ ਟੈਲਿੰਗ ਟ੍ਰੇਲਰ ਆ, ਹੈ ਨਾ। ਤਾਂ ਸਿਚੁਏਸ਼ਨਲ ਕਮੇਡੀ ਆ ਔਰ ਕੰਟੈਂਟ ਬਹੁਤ ਅੱਛਾ। ਕੰਟੈਂਟ ਜੋ ਤੁਸੀਂ ਦੇਖੋਗੇ ਤੁਹਾਨੂੰ ਆਪ ਨੂੰ ਦੇਖ ਕੇ ਪਤਾ ਚੱਲੂਗਾ। ਬਹੁਤ ਹੀ ਯੂਨੀਕ ਤਰ੍ਹਾਂ ਦਾ ਬਾਈ ਨੇ ਆਈਡੀਆ ਲਿਖਿਆ ਹੋਇਆ ਇਹ, ਮੈਂ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦਾ। ਬਾਕੀ ਤੁਹਾਨੂੰ ਟ੍ਰੇਲਰ ਦੇਖਦਾ ਇੰਨਾ ਪਤਾ ਵੀ ਸਵਰਗਾਂ 'ਤੇ ਮਤਲਬ ਧਰਤੀ ਦੀ ਕਹਾਣੀ ਹੈ, ਅਤੇ ਇੰਜੋਏ ਕਰੋਗੇ ਵਧੀਆ। ਆਪਣੇ ਰੋਲ ਬਾਰੇ ਥੋੜ੍ਹਾ ਜਿਹਾ ਡਿਸਕਲੋਜ਼ ਕਰਨਾ ਪੈਣਾ? ਹਾਂ, ਮੇਰਾ ਮੈਂ ਕਰ ਦੇਣਾ। ਮੇਰੇ ਕਰੈਕਟਰ ਦਾ ਨਾਂ ਹੈਗਾ ਮੂੰਗੀ। ਓਕੇ। ਹਾਂ, ਅਤੇ ਗਿੱਪੀ ਬਾਈ ਦਾ ਨਾਂ ਟੀਟੂ ਹੈ, ਅਤੇ ਅਸੀਂ ਦੋਵੇਂ ਇਕੱਠੇ ਇੱਕ ਦੂਜੇ ਦੇ ਮਾਂ ਪਿਓ ਹਾਂ, ਦੋਸਤਾਂ ਭਰਾ ਹਾਂਗੇ, ਇਕੱਠੇ ਰਹਿੰਦੇ ਹਾਂ, ਅਨਾਥ ਹਾਂਗੇ, ਅਤੇ ਸਾਡੇ ਇਕੱਠਿਆਂ ਦੇ ਦੁੱਖ ਸੁੱਖ ਆਈ ਹੋਏ ਫਿਲਮ ਦੇ ਵਿੱਚ। ਪੰਜਾਬੀ ਸਿਨੇਮਾ ਦਿਨੋਂ ਦਿਨ ਜਿਵੇਂ ਗਰੋ ਕਰ ਰਿਹਾ, ਇਹ ਆਪਾਂ ਬੋਲੀਵੁੱਡ ਨੂੰ ਟੱਚ ਕਰਾਂਗੇ? ਬੋਲੀਵੁੱਡ ਤੋਂ ਵੀ ਉੱਪਰ ਜਾਵਾਂਗੇ ਜੀ। ਆਪਾਂ ਬੋਲੀਵੁੱਡ ਨੂੰ ਹੀ ਕਿਉਂ ਟਾਰਗੇਟ ਰੱਖਿਆ? ਸਾਡਾ ਪੰਜਾਬੀ ਸਿਨੇਮਾ ਹੀ ਆਪਣੀ ਇੱਕ ਪਹਿਚਾਣ ਬਣਾਵੇ। ਜਿਵੇਂ ਹੁਣ ਬੋਲੀਵੁੱਡ, ਆਪਾਂ ਬੋਲੀਵੁੱਡ ਨੂੰ ਲੈ ਲੈਂਦੇ, ਉੱਦਾਂ ਤਾਂ ਹੁਣ ਸਾਊਥ ਦੀਆਂ ਮੂਵੀਆਂ ਉਸ ਤੋਂ ਵੀ ਜ਼ਿਆਦਾ ਬਿਜ਼ਨਸ ਵੀ ਔਰ ਲਾਗਤ ਵੀ ਉਹਨਾਂ 'ਤੇ ਜ਼ਿਆਦਾ ਹੁੰਦੀ ਆ। ਸਾਡਾ ਪੰਜਾਬੀ ਸਿਨੇਮਾ, ਉਹ ਬੋਲੀਵੁੱਡ ਵਾਲੇ ਕਹਿਣਗੇ ਪੰਜਾਬੀ ਸਿਨੇਮੇ 'ਚ ਫਿਲਮ ਕਰੀਏ, ਇਹ ਗਰੋਹ ਹੋ ਗਈ। ਬਿਲਕੁਲ ਬਿਲਕੁਲ। ਅਤੇ ਤੁਸੀਂ ਇਸੇ ਟੀਮ ਨਾਲ ਕਾਫੀ ਕੰਮ ਕੀਤਾ ਹੈ, ਅਤੇ ਇਸ ਵਾਰ ਕੰਮ ਕਰਨ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ? ਤੁਹਾਡੇ ਨਾਲ ਤਾਂ ਫੈਮਿਲੀ ਰਿਲੇਸ਼ਨ ਹੋਣੇ। ਬਿਲਕੁਲ, ਫੈਮਿਲੀ ਰਿਲੇਸ਼ਨ ਹੈਗੇ, ਹਿਚਕਚਾਹਟ ਨਹੀਂ ਹੁੰਦੀ ਕੋਈ। ਜਿੰਨੇ ਵੀ ਆਰਟਿਸਟ ਹੈ ਇਸ ਮੂਵੀ ਦੇ ਵਿੱਚ, ਮੈਂ ਸਾਰਿਆਂ ਨਾਲ ਹੀ ਕੰਮ ਕੀਤਾ ਹੋਇਆ। ਪਹਿਲਾਂ ਬਿੰਨੂ ਵੀਰੇ ਨਾਲ ਤਾਂ ਰਹੇ ਹੀ ਹਾਂਗੇ, 10-12 ਸਾਲ ਹੋ ਗਏ ਇਕੱਠੇ ਹੀ ਹੈਗੇ, ਬਾਹਰ ਸ਼ੋਜ਼ ਵੀ ਇਕੱਠੇ ਕਰਦੇ ਹਾਂ, ਅਤੇ ਗਿੱਪੀ ਵੀਰੇ ਨਾਲ ਬਹੁਤ ਪਰਿਵਾਰਕ ਸਾਂਝ ਆ ਹੁਣ ਤਾਂ ਮੇਰੀ, ਵੱਡੇ ਭਰਾ ਹੈਗੇ। ਅਤੇ ਬਾਕੀ ਫਿਲਮ ਦੇ ਵਿੱਚ ਜਦੋਂ ਤੁਸੀਂ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰਦੇ ਹੋ ਤਾਂ ਐਕਸਪੀਰੀਅੰਸ ਤੁਹਾਡਾ ਹੋਰ ਵੱਧਦਾ, ਕਿਉਂਕਿ ਜਿਹੜੀਆਂ ਚੀਜ਼ਾਂ ਮੈਨੂੰ ਹੁਣ ਨਹੀਂ ਪਤਾ ਕਈ ਚੀਜ਼ਾਂ ਦਾ, ਕਿਉਂਕਿ ਕੰਮ ਕਰਦੇ ਕਰਦੇ ਤਜ਼ਰਬਾ ਆਉਂਦਾ, ਤਾਂ ਵੱਡਿਆਂ ਨਾਲ ਕੰਮ ਕਰਕੇ ਹਮੇਸ਼ਾ ਹੀ ਵਧੀਆ ਰਹਿੰਦਾ, ਤਜ਼ਰਬਾ ਸਿੱਖਣ ਨੂੰ ਮਿਲਦਾ। ਅਤੇ ਸਿਮਰਜੀਤ ਭਾਈ ਨਾਲ ਤੁਸੀਂ ਫਸਟ ਟਾਈਮ ਕਰ ਰਹੇ ਹੋ? ਨਹੀਂ, ਸਿਮਰਜੀਤ ਭਾਅ ਜੀ ਨਾਲ ਮੇਰੀ ਦੂਜੀ ਫਿਲਮ ਹੈ, ਪਹਿਲੀ ਮੇਰੀ ਸੂਬੇਦਾਰ ਜੋਗਿੰਦਰ ਸਿੰਘ ਸੀਗੀ ਉਹਨਾਂ ਨਾਲ, ਅਤੇ ਸਿਮਰਜੀਤ ਭਾਅ ਜੀ ਵਰਗੇ ਬੰਦੇ ਮੈਂ ਨਹੀਂ ਦੇਖੇ ਡਾਇਰੈਕਟਰ ਇੱਦਾਂ ਦੇ, ਕੂਲ ਮਾਇੰਡ। ਇੱਕ ਸਮੀਪ ਭਾਅ ਜੀ, ਇੱਕ ਆਪਣਾ ਸਿਮਰਜੀਤ ਭਾਅ ਜੀ, ਬਹੁਤ ਕੂਲ ਮਾਇੰਡ, ਬਹੁਤ ਘੈਂਟ ਡਾਇਰੈਕਟਰ। ਜਾਂ ਸਟੋਰੀ ਤੁਹਾਨੂੰ ਸੁਣਾਈ ਗਈ, ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿ ਮੇਰਾ ਰੋਲ ਇਸ ਤਰ੍ਹਾਂ ਜਾਂ ਸਕ੍ਰਿਪਟ ਇਸ ਤਰ੍ਹਾਂ? ਬਹੁਤ ਘੈਂਟ ਲੱਗਿਆ ਮੈਨੂੰ, ਐਂ ਲੱਗਦਾ ਸੀਗਾ ਮੈਂ ਯਾਰ, ਕਿਉਂਕਿ ਦੇਖੋ ਇੱਕ ਜਰਨੀ ਆ, ਹੈ ਨਾ, ਤੁਸੀਂ ਸਟਾਰਟ ਕਰਦੇ ਹੋ ਕਿਤੇ ਨਾ ਕਿਤੋਂ। ਮੈਂ ਕੋਈ ਬਹੁਤਾ ਮੇਰੇ ਲਈ ਮਾਇਨੇ ਰੱਖਦਾ ਜੀ, ਮੇਰਾ ਫਿਲਮ ਦੇ ਵਿੱਚ ਇੱਕ ਡਾਇਲੋਗ ਹੈ, ਇੱਕ ਸੀਨ ਹੈ ਜਾਂ ਕੀ ਹੈ। ਮੈਂ ਇਹ ਕਹਿੰਦਾ ਵੀ ਕਈ ਵੱਡੀਆਂ ਵੱਡੀਆਂ ਫਿਲਮਾਂ ਦੇ ਵਿੱਚ ਵੀ ਵੱਡੇ ਵੱਡੇ ਕਲਾਕਾਰਾਂ ਦੇ ਇੱਕ ਸੀਨ ਹੁੰਦੇ ਆ, ਰਣਵੀਰ ਕਪੂਰ ਦੀ ਆਈ ਹੈ ਉਹਦੇ ਵਿੱਚ ਕਈ ਵੱਡੇ ਵੱਡੇ ਕਲਾਕਾਰਾਂ ਦੇ ਇੱਕ ਸੀਨ ਹਨ। ਸੋ ਇਹ ਮੈਟਰ ਨਹੀਂ ਕਰਦਾ, ਕੰਮ ਮੈਟਰ ਕਰਦਾ, ਤੁਸੀਂ ਲੋਕਾਂ ਦੇ ਜ਼ਿਹਨ 'ਚ ਰਹਿਣੇ ਚਾਹੀਦੇ ਹੋ, ਉਹ ਜਿੱਦਾਂ ਵੀ ਰਹੋ। ਮੈਨੂੰ ਖੁਸ਼ੀ ਹੋਈ ਜਦੋਂ ਮੈਨੂੰ ਗਿੱਪੀ ਵੀਰੇ ਨੇ ਸੁਣਾਈ ਸੀ, ਕਹਿੰਦੇ ਇੱਦਾਂ ਇੱਦਾਂ ਚੱਲ ਰਿਹਾ, ਅਤੇ ਤੇਰੇ ਦਾ ਜਦੋਂ ਸਾਡਾ ਉਹ ਦੱਸਦੇ ਸੀ ਆਪਾਂ ਐਂ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਐਂ ਕਰ ਰਹੇ ਹਾਂ, ਪੂਰਾ ਘੈਂਟ ਫੀਲ ਹੁੰਦਾ ਜੀ। ਤੁਹਾਨੂੰ ਉਮੀਦ ਸੀ ਪੰਜਾਬੀ 'ਚ ਇਸ ਤਰ੍ਹਾਂ ਦੀ ਫਿਲਮ ਬਣ ਸਕਦੀ ਹੈ? ਹਾਂ ਬਿਲਕੁਲ, ਕਿਉਂਕਿ ਪਹਿਲਾਂ ਵੀ ਬਾਈ ਦਾ ਕੀ ਹੈ, ਬਾਈ ਦਾ ਮੈਂ ਬਾਈ ਦੀ ਗੱਲ ਕਰਕੇ ਇਹ ਚੀਜ਼ ਨੂੰ ਕਰੂੰਗਾ, ਕਿਉਂਕਿ ਉਹਨਾਂ ਦੀ ਉਹਨਾਂ ਦਾ ਜਿਹੜਾ ਆਈਡੀਆ ਨਾ, ਉਹਨਾਂ ਦਾ ਜਿਹੜਾ ਵਿਜ਼ਨ ਆ, ਬਹੁਤ ਕਮਾਲ ਦਾ। ਕਿਉਂਕਿ ਮੈਂ ਕਹਿੰਦਾ ਵੀ ਉਹ ਜਿਹੜੀ ਪੰਜਾਬੀ ਇੰਡਸਟਰੀ ਦੇ ਵਿੱਚ ਉੱਦਾਂ ਦੀ ਚੀਜ਼ ਹੋ ਹੀ ਨਹੀਂ ਸਕਦੀ, ਉਹ ਮੈਂ ਦੱਸ ਨਹੀਂ ਸਕਦਾ, ਤਾਂ ਬਾਈ ਦੱਸਣਗੇ। ਬਹੁਤ ਖਤਰਨਾਕ ਕੰਸੈਪਟ ਪਏ ਨੇ ਬਾਈ ਦੇ, ਅਤੇ ਇਹ ਬਾਈ ਦੱਸਦੇ ਹੁੰਦੇ ਵੀ ਇਹ ਮੇਰੀ ਪਹਿਲੀ ਫਿਲਮ ਲਿਖੀ ਹੋਈ ਹੈ। ਪਹਿਲਾਂ ਕਹਿੰਦੇ ਇਹ ਕਰਦੇ ਕਰਦੇ ਸਟੋਰੀਆਂ ਸੁਣਾਉਂਦੇ ਸੀ, ਕਰਦੇ ਕਰਦੇ ਅਰਦਾਸ ਬਾਈ ਨੇ ਕਰ ਲਈ, ਕਹਿੰਦੇ ਉਦੋਂ ਅਰਦਾਸ ਕਰ ਲਈ, ਫਿਰ ਕਹਿੰਦੇ ਐਂ ਸੀ ਚੱਲ ਹੁਣ ਕਰਾਂਗੇ, ਉਦੋਂ ਫਿਰ ਵਿੱਚ ਦੀ ਮੰਜੇ ਬਿਸਤਰੇ ਕਰ ਲਈ, ਫਿਰ ਐਂ ਕਰਦੇ ਕਰਦੇ ਲੱਗਦੇ ਟਾਈਮ ਬਾਈ ਨੂੰ ਹੋਣ ਲੱਗਿਆ, ਅਤੇ ਬਹੁਤ ਘੈਂਟ ਘੈਂਟ ਸਬਜੈਕਟ ਨੇ ਬਾਈ ਕੋਲ। ਆਉਣ ਵਾਲੇ ਫਿਊਚਰ ਪ੍ਰੋਜੈਕਟ ਤੁਹਾਡੇ? ਫਿਊਚਰ ਪ੍ਰੋਜੈਕਟ ਹੈਗੇ ਜੀ ਆਪਣੇ, ਫਿਲਹਾਲ ਤਾਂ 31 ਅਗਸਤ ਨੂੰ ਮਰ ਗਏ ਲੋਕੋ, ਉਸ ਤੋਂ ਬਾਅਦ ਆਟੇ ਦੀ ਚਿੜੀ ਹੈ ਜੀ, ਅਤੇ ਫਿਰ ਮੰਜੇ ਬਿਸਤਰੇ 2 'ਚ ਵੀ ਹੈ, ਅਤੇ ਬਾਕੀ ਫਿਰ ਗਾਣਾ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ। ਦੋ ਲਾਈਨਾਂ ਹੋ ਨਾ ਜਾਣ ਫਿਰ? ਨਹੀਂ, ਗਾਣੇ ਦੀ ਹਜੇ ਕੁਛ ਨਹੀਂ ਡਿਸਕਲੋਜ਼ ਕੀਤਾ ਜੀ, ਉਹ ਆਪਾਂ ਸਪੈਸ਼ਲ ਬਾਅਦ 'ਚ ਕਰਾਂਗੇ ਇੰਟਰਵਿਊ, ਟੈਨਸ਼ਨ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਰਘਵੀਰ ਬੋਲੀ, ਅਤੇ 31 ਅਗਸਤ ਨੂੰ ਆ ਰਹੀ ਹੈ ਜੀ ਮੇਰੀ ਮੂਵੀ ਮਰ ਗਏ ਲੋਕੋ, ਅਤੇ ਹੋਰ ਅਪਡੇਸ਼ਨ ਜਾਣ ਲੈਣ ਦੇ ਲਈ ਪੰਜਾਬੀ ਟੇਸ਼ਨ ਦੇਖਦੇ ਰਹੋ।